ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 10 ਅਪ੍ਰੈਲ ਹੈ, ਦਿਨ ਬੁੱਧਵਾਰ ਹੈ। ਨਾਨਕਸ਼ਾਹੀ ਸੰਮਤ 556 ਦੇ ਮੁਤਾਬਿਕ ਅੱਜ 28 ਚੇਤ ਹੋ ਗਿਆ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਅਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ। ਪੰਜਾਬ ਨੂੰ ਲੈ ਕੇ ਮੌਸਮ ਦੀ ਭਵਿੱਖਬਾਣੀ ਬਦਲ ਗਈ ਹੈ। ਪਹਿਲਾਂ ਭਵਿੱਖਬਾਣੀ ਆਈ ਸੀ ਕਿ ਵਿਸਾਖੀ ਤੋਂ ਇੱਕ ਦਿਨ ਬਾਅਦ 14 ਅਪ੍ਰੈਲ ਨੂੰ ਪੰਜਾਬ 'ਚ ਮੀਂਹ ਪਏਗਾ, ਪਰ ਹੁਣ ਇੱਕ ਦਿਨ ਪਹਿਲਾਂ ਯਾਨੀ ਕਿ ਵਿਸਾਖੀ ਵਾਲੇ ਦਿਨ ਵੀ ਬੱਦਲਵਾਈ ਦੀ ਭਵਿੱਖਬਾਣੀ ਆ ਗਈ ਹੈ। ਕੱਲ੍ਹ ਪੰਜਾਬ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ। ਬਰਨਾਲਾ ਦੇ ਵਿੱਚ ਸਭ ਤੋਂ ਘੱਟ 13 ਡਿਗਰੀ ਤਾਪਮਾਨ ਰਿਹਾ। ਹੁਣ ਅੱਜ ਤੋਂ ਲੈ ਕੇ 3 ਦਿਨ ਪੰਜਾਬ ਦਾ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਬੱਦਲਵਾਈ ਹੋਵੇਗੀ, ਮੀਂਹ ਵੀ ਕਿਤੇ ਕਿਤੇ ਪੈ ਸਕਦਾ ਹੈ। 14 ਅਪ੍ਰੈਲ ਨੂੰ ਮੀਂਹ ਦਾ ਅਲਰਟ ਹੈ। ਮੌਨਸੂਨ ਨੂੰ ਲੈ ਕੇ ਵੀ ਭਾਰਤੀ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ ਆਈ ਹੈ। ਕਲਾਈਮੇਟ ਏਜੰਸੀ ਨੇ ਦਾਅਵਾ ਕੀਤਾ ਕਿ ਇਸ ਵਾਰੀ ਮੌਨਸੂਨ ਨਾਰਮਲ ਰਹੇਗਾ। ਮੌਨਸੂਨ ਸੀਜ਼ਨ ਦੇ ਵਿੱਚ 102.0 ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜੂਨ ਅਤੇ ਸਤੰਬਰ ਤੱਕ ਚੱਲਣ ਵਾਲੇ 4 ਮਹੀਨਿਆਂ ਦੇ ਮੌਨਸੂਨ ਵਿੱਚ ਔਸਤ 868.6 ਮਿਲੀਮੀਟਰ ਮੀਂਹ ਪਵੇਗਾ। ਹਰਿਆਣਾ ਦੇ ਵਿੱਚ ਵੀ ਕੱਲ੍ਹ ਘੱਟੋ ਘੱਟ ਤਾਪਮਾਨ 0.1 ਡਿਗਰੀ ਹੇਠਾਂ ਆਇਆ। ਮੱਧ ਪ੍ਰਦੇਸ਼ ਦੇ ਵਿੱਚ ਕੱਲ੍ਹ ਵੀ ਮੀਂਹ ਪੈਂਦਾ ਰਿਹਾ। ਆਉਣ ਵਾਲੇ 7-8 ਦਿਨ ਹਨੇਰੀ ਅਤੇ ਮੀਂਹ ਦਾ ਅਲਰਟ ਹੈ। 42 ਜ਼ਿਲ੍ਹਿਆਂ ਦੇ ਵਿੱਚ ਮੀਂਹ ਪਵੇਗਾ, 4 ਜ਼ਿਲ੍ਹਿਆਂ 'ਚ ਗੜੇਮਾਰੀ ਦੀ ਭਵਿੱਖਬਾਣੀ ਹੈ। ਮੌਸਮ ਵਿਭਾਗ ਮੁਤਾਬਿਕ 15 ਅਪ੍ਰੈਲ ਤੱਕ MP ਦੇ ਵਿੱਚ ਮੀਂਹ ਪੈਂਦਾ ਰਹੇਗਾ ਅਤੇ ਲੋਕਾਂ ਨੂੰ ਮੁੜ ਠੰਡ ਵਰਗੇ ਮੌਸਮ ਦਾ ਹੀ ਅਹਿਸਾਸ ਹੋਵੇਗਾ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਕੌਮ ਦੇ ਨਾਮ 4 ਆਦੇਸ਼ ਜਾਰੀ ਕੀਤੇ ਗਏ ਨੇ। ਕੱਲ੍ਹ 5 ਸਿੰਘ ਸਾਹਿਬਾਨਾਂ ਦੇ ਵੱਲੋਂ ਹੰਗਾਮੀ ਬੈਠਕ ਕੀਤੀ ਗਈ, ਜਿਸ ਤੋਂ ਬਾਅਦ ਸਮੁੱਚੀ ਸਿੱਖ ਸੰਗਤ ਨੂੰ ਆਦੇਸ਼ ਜਾਰੀ ਕਰਦਿਆਂ ਜਥੇਦਾਰ ਸਾਹਿਬਾਨਾਂ ਨੇ ਕਿਹਾ ਕਿ ਖਾਲਸਾ ਸਿਰਜਣਾ ਦਿਵਸ ਵਿਸਾਖੀ ਮੌਕੇ 13 ਅਪ੍ਰੈਲ ਨੂੰ ਸਾਰੇ ਸਿੱਖ ਆਪਣੇ ਘਰਾਂ 'ਤੇ ਖਾਲਸਾਈ ਨਿਸ਼ਾਨ ਚਲਾ ਕੇ ਖਾਲਸਾਈ ਜਾਹੋ ਜਲਾਲ ਦਾ ਪ੍ਰਗਟਾਵਾ ਕਰਨ ਅਤੇ ਇਸੇ ਦਿਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਤੜਕੇ 9 ਵਜੇ 5 ਮਿੰਟ ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਕਰਨ। ਤੀਸਰੇ ਆਦੇਸ਼ ਦੇ ਵਿੱਚ ਜਥੇਦਾਰਾਂ ਨੇ ਕੌਮ ਨੂੰ ਕਿਹਾ ਕਿ ਜੂਨ 1984 ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨਾਂ 'ਤੇ ਸਮੇਂ ਦੀ ਭਾਰਤੀ ਕਾਂਗਰਸ ਹਕੂਮਤ ਨੇ ਜਿਹੜਾ ਫੌਜੀ ਹਮਲਾ ਕੀਤਾ ਸੀ ਉਸ ਦੇ 40 ਸਾਲ ਪੂਰੇ ਹੋ ਜਾਣਗੇ। 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਸਾਰੀ ਸਿੱਖ ਸੰਗਤ ਆਪੋ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਸ਼ਹੀਦੀ ਸਮਾਗਮ ਉਲੀਕੇ ਗੁਰਬਾਣੀ ਦੇ ਜਾਪ ਕੀਤੇ ਜਾਣ, ਦੀਵਾਨ ਲਾ ਕੇ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ 'ਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਜਾਵੇ। ਇਹਨਾਂ ਆਦੇਸ਼ਾਂ ਦੇ ਵਿੱਚ 4 ਤਾੜਨਾ ਭਰਿਆ ਹੁਕਮ ਪੰਜਾਬ ਸਰਕਾਰ ਦੇ ਲਈ ਹੈ। ਇਸ ਵਿੱਚ ਕਿਹਾ ਗਿਆ ਕਿ 7 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਕੁਝ ਹੋਰ ਸਿੱਖਾਂ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ, ਜੋ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ। ਨਗਰ ਕੀਰਤਨ ਨੂੰ ਰੋਕ ਕੇ ਸਿੱਖ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਿੱਖਾਂ ਦੀਆਂ ਪਰੰਪਰਾਵਾਂ 'ਤੇ ਸਿੱਧਾ ਸਿੱਧਾ ਹਮਲਾ ਹੈ। ਇਸ ਬੈਠਕ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਅਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਗੁਰਮਿੰਦਰ ਸਿੰਘ ਸ਼ਾਮਲ ਹੋਏ। ਨੰਬਰ 1 ਖਾਲਸਾ ਸਾਜਣਾ ਦਿਵਸ ਦੇ 325 ਸਾਲ ਪੂਰੇ ਹੋਣ 'ਤੇ ਮਿਤੀ 13 ਅਪ੍ਰੈਲ 2024 ਨੂੰ ਹਰ ਸਿੱਖ ਆਪਣੇ ਘਰਾਂ ਉੱਪਰ ਖਾਲਸਾਈ ਨਿਸ਼ਾਨ ਝੁਲਾਵੇ। ਇਸ ਦੇ ਨਾਲ ਹੀ ਸਾਰੀ ਕੌਮ ਨੂੰ ਸੰਦੇਸ਼ ਹੈ ਕਿ ਆਓ ਅਗਿਆਨਤਾ ਰੂਪੀ ਆਤਮਿਕ ਧੁੰਦੂਕਾਰੇ ਵਿੱਚੋਂ ਬਾਹਰ ਨਿਕਲ ਕੇ ਸੱਚ ਧਰਮ ਦੇ ਪਾਂਧੇ ਬਣਨ ਦੇ ਯਤਨ ਕਰਦਿਆਂ ਸਾਬਤ ਸੂਰਤ ਹੋ ਕੇ ਅੰਮ੍ਰਿਤਧਾਰੀ ਹੋਈਏ ਅਤੇ ਦਸ਼ਮੇਸ਼ ਪਿਤਾ ਸਰਬੰਸ ਦਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾ ਪੂਰਾ ਸਰਬੰਸ ਵਾਰ ਕੇ ਸਾਡੇ ਲਈ ਖੁਸ਼ਹਾਲ ਕੀਤੀ ਖਾਲਸਾਈ ਫੁਲਵਾੜੀ ਦੀ ਮਹਾਨ ਵਿਰਾਸਤ ਦੇ ਵਾਰਸ ਬਣੀਏ। ਨੰਬਰ 2 ਮਿਤੀ 13 ਅਪ੍ਰੈਲ 2024 ਨੂੰ ਖਾਲਸਾ ਸਾਜਣਾ ਦਿਵਸ ਵਿਸਾਖੀ ਵਾਲੇ ਦਿਨ ਸਵੇਰੇ 9 ਵਜੇ ਸੰਸਾਰ ਭਰ ਵਿੱਚ ਵੱਸਦਾ ਹਰ ਸਿੱਖ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ 5 ਮਿੰਟ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ। ਜੂਨ 1984 ਦੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ 'ਤੇ ਭਾਰਤ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਦੇ 40 ਸਾਲ ਪੂਰੇ ਹੋਣ 'ਤੇ ਹੋਣ ਮੌਕੇ ਪੂਰੀ ਕੌਮ ਮਿਤੀ 6 ਜੂਨ 2024 ਨੂੰ ਆਪੋ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਸ਼ਹੀਦੀ ਸਮਾਗਮ ਉਲੀਕੇ ਗੁਰਬਾਣੀ ਦੇ ਜਾਪ ਕੀਤੇ ਜਾਣ ਅਤੇ ਦੀਵਾਨ ਲਗਾ ਕੇ ਨਵੀਂ ਪੀੜ੍ਹੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਦੀ ਦਾਸਤਾਨ ਸਰਵਣ ਕਰਵਾਈ ਜਾਏ। ਮਿਤੀ 7 ਅਪ੍ਰੈਲ 2024 ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਨਾਲ ਕੁਝ ਹੋਰ ਸਿੰਘਾਂ ਨੂੰ
ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ। ਨਗਰ ਕੀਰਤਨ ਨੂੰ ਰੋਕ ਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਾਡੀ ਸਿੱਖੀ ਪਰੰਪਰਾ ਉੱਤੇ ਹਮਲਾ ਐਲਾਨ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਹਾਈਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਦਿੰਦਿਆਂ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਜਿਸ ਵਿੱਚ ਕੇਜਰੀਵਾਲ ਨੇ ਈਡੀ ਦੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀ, ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਕਾਨੂੰਨ ਦੀ ਉਲੰਘਣਾ ਨਹੀਂ ਹੈ, ਕੇਜਰੀਵਾਲ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ, ਗ੍ਰਿਫਤਾਰੀ ਗੈਰ ਕਾਨੂੰਨੀ ਨਹੀਂ ਹੈ। ਹਾਈਕੋਰਟ ਨੇ ਸਪਸ਼ਟ ਕਿਹਾ ਕਿ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਅਤੇ ਹਾਈਕੋਰਟ ਦਾ ਇਹ ਵੱਡਾ ਫੈਸਲਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਲਈ ਜ਼ਾਹਿਰ ਤੌਰ 'ਤੇ ਇੱਕ ਵੱਡਾ ਝਟਕਾ ਹੈ। ਕੇਜਰੀਵਾਲ ਇਸ ਵਕਤ ਨਿਆਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਦੇ ਵਿੱਚ ਬੰਦ ਹਨ। 10 ਦਿਨਾਂ ਤੋਂ ਉਹ ਜੇਲ੍ਹ ਦੇ ਵਿੱਚ ਨੇ ਅਤੇ ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਆਪਣੀ ਗ੍ਰਿਫਤਾਰੀ ਤੋਂ ਇਲਾਵਾ ਈਡੀ ਦੇ ਰਿਮਾਂਡ ਨੂੰ ਵੀ ਚੈਲੰਜ ਕੀਤਾ ਸੀ। 4 ਅਪ੍ਰੈਲ ਨੂੰ ਕੇਜਰੀਵਾਲ ਦੀ ਪਟੀਸ਼ਨ 'ਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਕੱਲ੍ਹ ਫੈਸਲਾ ਸੁਣਾਉਂਦਿਆਂ ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਕਿਹਾ ਕਿ ਈਡੀ ਕੋਲ ਚੋਖੇ ਸਬੂਤ ਮੌਜੂਦ ਹਨ ਜਿਸ ਦੇ ਆਧਾਰ 'ਤੇ ਹੀ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਈਡੀ ਨੇ ਉਹ ਸਬੂਤ ਅਦਾਲਤ ਨੂੰ ਵੀ ਸੌਂਪੇ ਹਨ। ਹੇਠਲੀ ਕੋਰਟ ਨੇ ਠੋਸ ਤੱਥਾਂ ਦੇ ਆਧਾਰ 'ਤੇ ਹੀ ਉਹਨਾਂ ਨੂੰ ਏਜੰਸੀ ਦੀ ਹਿਰਾਸਤ ਵਿੱਚ ਭੇਜਿਆ। ਹਾਈਕੋਰਟ ਨੇ ਕਿਹਾ ਕਿ ਪੇਸ਼ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਦਾ ਕਿ ਕੇਜਰੀਵਾਲ ਨੇ ਦੂਸਰੇ ਮੁਲਜ਼ਮਾਂ ਨਾਲ ਰਲ ਕੇ ਪੂਰੀ ਸਾਜ਼ਿਸ਼ ਰਚੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹੋਣ ਦੇ ਨਾਤੇ ਉਹ ਸਾਜ਼ਿਸ਼ ਦੇ ਵਿੱਚ ਮੁੱਖ ਤੌਰ 'ਤੇ ਸ਼ਾਮਲ ਹੋਏ। ਹਾਈਕੋਰਟ ਨੇ ਕਿਹਾ ਕਿ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ, ਚਾਹੇ ਉਹ ਆਮ ਨਾਗਰਿਕ ਹੋਵੇ ਜਾਂ ਫਿਰ ਦਿੱਲੀ ਦਾ ਮੁੱਖ ਮੰਤਰੀ ਹੋਵੇ। ਸੋ ਹਾਈਕੋਰਟ ਦੇ ਵੱਡੇ ਝਟਕੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਦੀ ਜ਼ਰੂਰ ਆਸ ਹੈ। ਆਮ ਆਦਮੀ ਪਾਰਟੀ ਨੇ ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਣਗੇ। ਪਾਰਟੀ ਨੇ ਆਬਕਾਰੀ ਨੀਤੀ ਕੇਸ ਨੂੰ ਇੱਕ ਵਾਰੀ ਫਿਰ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਸਾਜ਼ਿਸ਼ ਦੱਸਿਆ। ਇਸ ਦਰਮਿਆਨ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਨਿੱਜੀ ਸਕੱਤਰ ਵਿਭਵ ਕੁਮਾਰ ਨੇ ਕੱਲ੍ਹ ਤਿਹਾੜ ਜੇਲ੍ਹ ਦੇ ਵਿੱਚ ਕੇਜਰੀਵਾਲ ਨਾਲ ਫਿਰ ਮੁਲਾਕਾਤ ਕੀਤੀ ਅਤੇ ਇਹ ਮੁਲਾਕਾਤ ਜੰਗਲੇ ਵਿਚਾਲੇ ਹੀ ਹੋਈ। ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ 'ਚ ਕਾਂਗਰਸ MLA ਸੁਖਪਾਲ ਖਹਿਰਾ ਨੇ ਕੇਜਰੀਵਾਲ ਵੱਲੋਂ ਨੈਤਿਕ ਆਧਾਰ 'ਤੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ BJP ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਵੀ ਕਿਹਾ ਕਿ ਕੇਜਰੀਵਾਲ ਨੂੰ ਹੁਣ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਧਰ ਦਿੱਲੀ ਦੀ ਇੱਕ ਅਦਾਲਤ ਨੇ ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ BRS ਲੀਡਰ ਕੇ ਕਵਿਤਾ ਦੀ ਨਿਆਇਕ ਹਿਰਾਸਤ ਵਿੱਚ 2 ਹਫ਼ਤੇ ਦਾ ਵਾਅਦਾ ਕਰ ਦਿੱਤਾ ਗਿਆ। ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਿਟਡ ਦੇ ਪ੍ਰਬੰਧ ਨਿਰਦੇਸ਼ਕ ਆਚਾਰੀਆ ਬਾਲਾ ਕ੍ਰਿਸ਼ਨ ਨੇ ਆਪਣੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਬਿਨਾਂ ਸ਼ਰਤ ਮਾਫ਼ੀ ਮੰਗ ਲਈ ਹੈ। ਇਹ ਮਾਫ਼ੀ ਦੋਨਾਂ ਨੇ ਆਪਣੇ ਉਤਪਾਦਾਂ ਦੀ ਮੈਡੀਕਲ ਕੁਸ਼ਲਤਾ ਬਾਰੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਇਸ਼ਤਿਹਾਰਾਂ ਨੂੰ ਲੈ ਕੇ ਮੰਗੀ ਹੈ। ਸੁਪਰੀਮ ਕੋਰਟ ਵਿੱਚ ਦਾਖਲ 2 ਵੱਖ-ਵੱਖ ਹਲਫ਼ਨਾਮਿਆਂ ਦੇ ਵਿੱਚ ਰਾਮਦੇਵ ਅਤੇ ਬਾਲ ਕ੍ਰਿਸ਼ਨ ਨੇ ਸਿਖਰਲੀ ਅਦਾਲਤ ਦੇ ਪਿਛਲੇ ਸਾਲ 21 ਨਵੰਬਰ ਦੇ ਹੁਕਮਾਂ ਵਿੱਚ ਦਰਜ ਬਿਆਨ ਦੀ ਉਲੰਘਣਾ ਲਈ ਬਿਨਾਂ ਸ਼ਰਤ ਮਾਫ਼ੀ ਮੰਗੀ ਹੈ। ਸਿਖਰਲੀ ਅਦਾਲਤ ਨੇ 21 ਨਵੰਬਰ ਦੇ ਹੁਕਮਾਂ 'ਚ ਕਿਹਾ ਸੀ ਕਿ ਪਤੰਜਲੀ ਆਯੁਰਵੇਦ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਹੁਣ ਤੋਂ ਖਾਸ ਕਰਕੇ ਪਤੰਜਲੀ ਆਯੁਰਵੇਦ ਵੱਲੋਂ ਬਣਾਏ ਅਤੇ ਵੇਚੇ ਜਾਂਦੇ ਉਤਪਾਦਾਂ ਦੇ ਇਸ਼ਤਿਹਾਰ ਜਾਂ ਬ੍ਰੈਂਡਿੰਗ ਦੇ ਸੰਬੰਧ ਵਿੱਚ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਹੋਵੇਗੀ। ਪਤੰਜਲੀ ਨੇ ਇਹ ਵੀ ਕਿਹਾ ਸੀ ਕਿ ਮੈਡੀਕਲ ਕੁਸ਼ਲਤਾ ਦੇ ਸੰਬੰਧ ਵਿੱਚ ਜਾਂ ਕਿਸੇ ਵੀ ਇਲਾਜ ਪ੍ਰਣਾਲੀ ਖਿਲਾਫ਼ ਕੋਈ ਵੀ ਬਿਆਨ ਕਿਸੇ ਵੀ ਰੂਪ 'ਚ ਮੀਡੀਆ 'ਚ ਜਾਰੀ ਨਹੀਂ ਕੀਤਾ ਜਾਵੇਗਾ। ਪਰ ਉਸ ਤੋਂ ਬਾਅਦ ਵੀ ਮੀਡੀਆ ਦੇ ਵਿੱਚ ਬਿਆਨ ਜਾਰੀ ਕੀਤੇ ਗਏ ਜਿਸ 'ਤੇ ਸਿਖਰਲੀ ਅਦਾਲਤ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਅਦਾਲਤ ਨੇ ਫਿਰ ਪਤੰਜਲੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਕਿ ਕਿਉਂ ਨਾ ਉਹਨਾਂ ਦੇ ਖਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਪਰ ਇਹ ਕਾਰਵਾਈ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਹੀ ਰਾਮਦੇਵ ਨੇ ਖੁਦ ਅਦਾਲਤ ਦੇ ਵਿੱਚ ਪੇਸ਼ ਹੋ ਕੇ ਹਲਫ਼ਨਾਮਾ ਦਾਖਲ ਕਰਕੇ ਕਿਹਾ ਕਿ ਮੈਂ ਇਸ਼ਤਿਹਾਰਾਂ ਦੇ ਸੰਬੰਧ ਵਿੱਚ ਬਿਨਾਂ ਸ਼ਰਤ ਮਾਫ਼ੀ ਮੰਗਦਾ ਹਾਂ, ਮੈਨੂੰ ਇਸ ਗਲਤੀ 'ਤੇ ਡੂੰਘਾ ਅਫਸੋਸ ਹੈ, ਮੈਂ ਅਦਾਲਤ ਨੂੰ ਭਰੋਸਾ ਦੇਣਾ ਚਾਹੁੰਦਾ ਕਿ ਇਸ ਗਲਤੀ ਨੂੰ ਦੁਹਰਾਇਆ ਨਹੀਂ ਜਾਵੇਗਾ। ਇਹ ਵੀ ਕਿਹਾ ਕਿ ਮੈਂ ਇਸ ਅਦਾਲਤ ਦੇ 21 ਨਵੰਬਰ 2023 ਦੇ ਹੁਕਮਾਂ ਦੇ ਪੈਰਾ 3 ਵਿੱਚ ਦਰਜ ਬਿਆਨ ਦੀ ਉਲੰਘਣਾ ਲਈ ਬਿਨਾਂ ਸ਼ਰਤ ਮਾਫ਼ੀ ਮੰਗਦਾ। ਅਜਿਹਾ ਹੀ ਹਲਫ਼ਨਾਮਾ ਬਾਲਕ੍ਰਿਸ਼ਨ ਨੇ ਵੀ ਪੇਸ਼ ਕੀਤਾ। ਸੋ ਇਹਨਾਂ ਦੋਵਾਂ ਦੇ ਹਲਫ਼ਨਾਮਿਆਂ ਤੋਂ ਬਾਅਦ ਅੱਜ ਫਿਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਮਾਫ਼ੀ ਦਿੰਦੀ ਹੈ ਜਾਂ ਨਹੀਂ ਅੱਜ ਹੋ ਸਕਦਾ ਸਪਸ਼ਟ ਹੋ ਜਾਵੇ। ਕਿਸਾਨਾਂ ਵੱਲੋਂ ਅੱਜ ਵੀ ਸ਼ੰਭੂ ਬਾਰਡਰ 'ਤੇ ਰੇਲਾਂ ਨਹੀਂ ਰੋਕੀਆਂ ਜਾਣਗੀਆਂ। ਕਿਸਾਨਾਂ ਨੇ 16 ਅਪ੍ਰੈਲ ਤੱਕ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਕਿਸਾਨੀ ਸੰਘਰਸ਼ ਵਿੱਚ ਡਟੇ ਹੋਏ ਹਰਿਆਣਾ ਦੇ ਨੌਜਵਾਨ ਨਵਦੀਪ ਸਿੰਘ ਜਲਵੇੜਾ ਸਮੇਤ ਹੋਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਅਤੇ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੇ ਲਈ ਬਿਜਲੀ ਤੇ ਪਾਣੀ ਸਣੇ ਹੋਰ ਸਾਫ਼ ਸਫ਼ਾਈ ਦੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ
ਕਿਸਾਨਾਂ ਨੇ 9 ਅਪ੍ਰੈਲ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਤੇ ਹਰਿਆਣਾ ਦੋਵੇਂ ਸਰਕਾਰਾਂ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦੇ ਭੇਜ ਦਿੱਤੇ ਤੇ ਕਿਸਾਨਾਂ ਦੇ ਨਾਲ ਦੋਵੇਂ ਸਰਕਾਰਾਂ ਦੇ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਦੋਵੇਂ ਪਾਸਿਆਂ ਦੇ ਅਧਿਕਾਰੀਆਂ ਨੇ ਕੱਲ੍ਹ ਵੀ ਦਿਨ ਭਰ ਕਿਸਾਨ ਲੀਡਰਾਂ ਦੇ ਨਾਲ ਰਾਬਤਾ ਰੱਖਿਆ। ਸਰਕਾਰ ਨੇ ਹੁਣ ਕਿਸਾਨਾਂ ਤੋਂ 16 ਅਪ੍ਰੈਲ ਤੱਕ ਦਾ ਸਮਾਂ ਮੰਗਿਆ ਹੈ। ਕੱਲ੍ਹ ਲੰਬੀ ਚੱਲੀ ਗੱਲਬਾਤ ਤੋਂ ਬਾਅਦ ਕਿਸਾਨ ਲੀਡਰਾਂ ਨੇ ਸ਼ਾਮ ਨੂੰ ਸ਼ੰਭੂ ਬਾਰਡਰ 'ਤੇ ਦੱਸਿਆ ਕਿ ਰੇਲਾਂ ਰੋਕਣ ਦਾ ਪ੍ਰੋਗਰਾਮ 16 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਦੋਵੇਂ ਸਰਕਾਰਾਂ ਨੇ ਹੀ 16 ਤੱਕ ਦਾ ਸਮਾਂ ਮੰਗਿਆ ਹੈ। ਕਹਿੰਦੇ ਜੇ 16 ਤੱਕ ਮੰਗਾਂ ਨਾ ਮੰਨੀਆਂ ਤਾਂ 17 ਅਪ੍ਰੈਲ ਨੂੰ ਤੜਕੇ ਸ਼ੰਭੂ ਸਟੇਸ਼ਨ 'ਤੇ ਧਰਨਾ ਦੇ ਕੇ ਰੇਲਵੇ ਆਵਾਜਾਈ ਠੱਪ ਕੀਤੀ ਜਾਵੇਗੀ। 2 ਦਿਨ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਧਰਨਿਆਂ ਨੂੰ ਪੂਰੇ 2 ਮਹੀਨੇ ਹੋ ਜਾਣਗੇ। ਇਸ ਦਰਮਿਆਨ ਸ਼ੰਭੂ ਬਾਰਡਰ ਤੇ ਮੁਸਲਿਮ ਭਾਈਚਾਰੇ ਨੂੰ ਕਿਸਾਨਾਂ ਨੇ ਇਫਤਾਰ ਦੀ ਦਾਵਤ ਵੀ ਦਿੱਤੀ। ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਮਲੇਰਕੋਟਲੇ ਤੋਂ ਖਾਸ ਤੌਰ ਤੇ ਸ਼ੰਭੂ ਬਾਰਡਰ ਪਹੁੰਚਿਆ। ਵਫਦ ਨੇ ਇਸ ਪਵਿੱਤਰ ਮੌਕੇ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਇਫਤਾਰ ਮਨਾਈ। ਇੱਥੇ ਮੌਜੂਦ ਕਿਸਾਨਾਂ ਨਾਲ ਮਿਲ ਕੇ ਰੋਜ਼ੇ ਖੋਲ੍ਹੇ ਤੇ ਕਿਸਾਨਾਂ ਨੇ ਇਫਤਾਰ ਦੀ ਖਾਸ ਦਾਵਤ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਮਾ ਪੱਟੀ ਨੂੰ ਨਹਿਰੀ ਪਾਣੀ ਦੇਣ ਦੀ ਸਪਲਾਈ ਵਿਸਾਖੀ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਾਲਵੇ ਦੇ 6 ਜ਼ਿਲ੍ਹਿਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਖਾਤਰ ਜਲ ਸਰੋਤ ਵਿਭਾਗ ਤੇ ਖੇਤੀਬਾੜੀ ਵਿਭਾਗ ਨੇ ਸਾਂਝੀ ਰਣਨੀਤੀ ਤਿਆਰ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਹਾੜੀ ਮੰਡੀਕਰਨ ਸੀਜ਼ਨ 2024-25 ਬਾਰੇ ਮੀਟਿੰਗ ਦੌਰਾਨ ਇਸ ਦਾ ਐਲਾਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਕੱਲ੍ਹ ਸੀਐਮ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ। ਜਿਵੇਂ ਹੀ ਟਰਾਲੀ ਦੇ ਵਿੱਚੋਂ ਫਸਲ ਲਹੂਗੀ, ਖਰੀਦੀ ਜਾਊਗੀ, ਤੁਰੰਤ ਫਸਲ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਜਾਊਗਾ। ਮੁੱਖ ਮੰਤਰੀ ਨੇ ਹਰ ਜ਼ਿਲ੍ਹੇ ਦੇ ਖਰੀਦ ਪ੍ਰਬੰਧਾਂ ਦੇ ਦੇਖ ਰੇਖ ਲਈ ਤੈਨਾਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਖਰੀਦ ਵਿੱਚ ਕੋਈ ਮੁਸ਼ਕਲ ਨਾ ਆਉਣ ਦੇਣ। ਚੋਣ ਦੰਗਲ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸੁਪਰੀਮ ਕੋਰਟ ਨੇ ਕੱਲ੍ਹ ਕਿਹਾ ਕਿ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯਾਨੀ ਕਿ VVPAT ਸਲਿੱਪ ਦੀ ਵੋਟਾਂ ਨਾਲ ਤਸਦੀਕ ਕੀਤੇ ਜਾਣ ਦੀ ਮੰਗ ਕਰਦੀਆਂ ਪਟੀਸ਼ਨਾਂ 'ਤੇ 16 ਅਪ੍ਰੈਲ ਨੂੰ ਸੁਣਵਾਈ ਹੋਵੇਗੀ। VVPAT ਵੋਟ ਦੀ ਤਸਦੀਕ ਲਈ ਇੱਕ ਸੁਤੰਤਰ ਵਿਵਸਥਾ ਹੈ ਜਿਸ ਵਿੱਚ ਵੋਟਰ ਇਹ ਦੇਖ ਸਕਦਾ ਹੈ ਕਿ ਕੀ ਉਸਦੀ ਵੋਟ ਸਹੀ ਪਈ ਹੈ ਯਾਨੀ ਕਿ ਜਿਹੜੀ ਪਾਰਟੀ ਨੂੰ ਉਹਨੇ ਵੋਟ ਪਾਈ ਹੈ ਕੀ ਵੋਟ ਉੱਧਰ ਹੀ ਗਈ ਹੈ। VVPAT 7 ਸਕਿੰਟਾਂ ਦੇ ਵਿੱਚ ਇੱਕ ਪੇਪਰ ਸਲਿੱਪ ਜਨਰੇਟ ਕਰਦੀ ਹੈ ਜਿਸ ਨੂੰ ਵੋਟਰ ਇੱਕ ਪਾਰਦਰਸ਼ੀ ਖਿੜਕੀ ਰਾਹੀਂ ਦੇਖ ਸਕਦਾ ਹੈ। ਇਸ ਸਲਿੱਪ ਨੂੰ ਸੀਲਬੰਦ ਕਵਰ ਦੇ ਵਿੱਚ ਰੱਖਿਆ ਜਾਂਦਾ ਹੈ ਜਿਸ ਨੂੰ ਕਿਸੇ ਵਿਵਾਦ ਜਾਂ ਝਗੜੇ ਦੀ ਹਾਲਤ ਵਿੱਚ ਖੋਲ੍ਹਿਆ ਜਾ ਸਕਦਾ ਹੈ। ਇਸ ਵਕਤ ਭਾਰਤ ਵਿੱਚ EVM ਮਸ਼ੀਨਾਂ ਰਾਹੀਂ ਵੋਟਿੰਗ ਦੇ ਨਾਲ VVPAT ਪਰਚੀ ਦੀ ਸਹੂਲਤ ਨਹੀਂ ਹੈ। ਇਸੇ ਕਰਕੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਇਹ ਪਟੀਸ਼ਨ ਦਾਇਰ ਕਰਕੇ ਫੌਰੀ ਇਸ 'ਤੇ ਸੁਣਵਾਈ ਦੀ ਮੰਗ ਕੀਤੀ ਹੈ। 16 ਅਪ੍ਰੈਲ ਨੂੰ ਹੁਣ ਸੁਣਵਾਈ ਹੋਵੇਗੀ, ਪਰ ਸੰਕੇਤ ਤਾਂ ਇਹੀ ਮਿਲਦੇ ਨੇ ਕਿ 19 ਅਪ੍ਰੈਲ ਨੂੰ ਵੋਟਾਂ ਦਾ ਪਹਿਲਾ ਗੇੜ ਸ਼ੁਰੂ ਹੋਣਾ ਹੈ। 16 ਅਪ੍ਰੈਲ ਨੂੰ ਜੇ ਸੁਣਵਾਈ ਹੋਣੀ ਹੈ ਤਾਂ ਇੰਨੇ ਕੁ ਦਿਨਾਂ ਦੇ ਵਿੱਚ ਕੀ ਸੁਪਰੀਮ ਕੋਰਟ ਇਸ ਨਵੇਂ ਫੈਸਲੇ ਨੂੰ ਲਾਗੂ ਕਰਨ ਦਾ ਐਲਾਨ ਕਰ ਸਕਦੀ ਹੈ ਜਾਂ ਫਿਰ ਇਹ ਸੁਣਵਾਈ ਕਾਫੀ ਲੰਬਾ ਸਮਾਂ ਤੱਕ ਚੱਲਦੀ ਰਹਿ ਸਕਦੀ ਹੈ। ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਲਈ ਇੱਕ ਖਾਸ ਜਾਣਕਾਰੀ ਮਿਲੀ ਹੈ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਆਪਣੀ ਹਰ ਜਾਇਦਾਦ ਦੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਹੈ। ਉਮੀਦਵਾਰਾਂ ਦੀ ਨਿੱਜਤਾ ਹੁੰਦੀ ਹੈ। ਜੇ ਉਹਨਾਂ ਦੀ ਕੋਈ ਸੰਪੱਤੀ ਦਾ ਵੋਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਇਸ ਬਾਰੇ ਦੱਸਣਾ ਵੀ ਜ਼ਰੂਰੀ ਨਹੀਂ ਹੈ। ਇਹ ਵੀ ਸੁਪਰੀਮ ਕੋਰਟ ਨੇ ਹੀ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਟਿੱਪਣੀ 2019 ਵਿੱਚ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਤੇਜ਼ੀ ਸੀਟ ਤੋਂ ਆਜ਼ਾਦ ਵਿਧਾਇਕ ਕਰ ਖੋਕਰੀ ਦੀ ਚੋਣ ਨੂੰ ਬਰਕਰਾਰ ਰੱਖਦੇ ਹੋਏ ਕੀਤੀ। ਜਸਟਿਸ ਅਨਿਰੁੱਧ ਬੋਸ ਦੇ ਬੈਂਚ ਨੇ 5 ਸਾਲ ਪੁਰਾਣੇ ਮਾਮਲੇ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਉਹਨਾਂ ਜਾਂ ਉਹਨਾਂ 'ਤੇ ਨਿਰਭਰ ਰਹਿਣ ਵਾਲਿਆਂ ਦੇ ਮਾਲਕਾਨਾ ਹੱਕ ਵਾਲੀ ਹਰ ਸੰਪੱਤੀ ਦਾ ਖੁਲਾਸਾ ਕਰਨ ਦੀ ਲੋੜ ਨਹੀਂ ਹੈ ਜਦ ਤੱਕ ਉਹ ਕਾਫੀ ਮਹਿੰਗੀ ਨਾ ਹੋਵੇ। ਦਰਅਸਲ ਖੋਕਰੀ ਦੇ ਖਿਲਾਫ਼ ਦਾਇਰ ਪਟੀਸ਼ਨ ਦੇ ਵਿੱਚ ਪਟੀਸ਼ਨਕਰਤਾ ਨੇ ਦਲੀਲ ਦਿੱਤੀ ਸੀ ਕਿ ਉਸਨੇ ਚੋਣ ਲੜਨ ਦੇ ਲਈ ਜਦੋਂ ਨਾਮਜ਼ਦਗੀ ਭਰੀ ਸੀ ਤਾਂ ਆਪਣੀ ਪਤਨੀ ਅਤੇ ਪੁੱਤ ਦੀਆਂ 3 ਕਾਰਾਂ ਦੀ ਜਾਣਕਾਰੀ ਨੇ ਦਿੱਤੀ ਸੀ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਗ੍ਰਹਿ ਮੰਤਰਾਲੇ ਨੇ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੇ ਦਿੱਤੀ ਹੈ। ਇਸ ਤਹਿਤ ਮੁੱਖ ਚੋਣ ਕਮਿਸ਼ਨਰ ਦੇ ਆਸ ਪਾਸ 6 SSG ਕਮਾਂਡੋ ਤੇ ਪੁਲਿਸ ਮੁਲਾਜ਼ਮਾਂ ਸਮੇਤ 22 ਜਵਾਨ ਤੈਨਾਤ ਰਹਿਣਗੇ। ਬੀਜੇਪੀ ਨੂੰ ਆਖਿਰਕਾਰ ਵੱਡਾ ਝਟਕਾ ਕੱਲ੍ਹ ਲੱਗ ਹੀ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਚੌਧਰੀ ਬਿਰੇਂਦਰ ਸਿੰਘ ਅਤੇ ਉਨ੍ਹਾਂ ਦੀ ਸਾਬਕਾ ਵਿਧਾਇਕ ਪਤਨੀ ਪ੍ਰੇਮਲਤਾ ਇੱਕ ਦਹਾਕੇ ਤੋਂ ਬਾਅਦ ਕੱਲ੍ਹ ਮੁੜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਬਿਰੇਂਦਰ ਸਿੰਘ ਦਾ ਪੁੱਤ ਤੇ ਹਿਸਾਰ ਤੋਂ ਸੰਸਦ ਮੈਂਬਰ ਬਰਜਿੰਦਰ ਸਿੰਘ ਪਿਛਲੇ ਮਹੀਨੇ ਹੀ ਬੀਜੇਪੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ।
ਵਿਰਿੰਦਰ ਸਿੰਘ ਕਿਸਾਨ ਲੀਡਰ ਸਰ ਛੋਟੂ ਰਾਮ ਦੇ ਪੋਤਰੇ ਨੇ ਅਤੇ 2014 ਦੇ ਵਿੱਚ ਕਾਂਗਰਸ ਛੱਡ ਕੇ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਹਿਲੀ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਵੀ ਰਹੇ। ਉਹਨਾਂ ਕੋਲ ਸਟੀਲ ਮੰਤਰਾਲਾ, ਪੇਂਡੂ ਵਿਕਾਸ, ਪੰਚਾਇਤੀ ਰਾਜ ਅਤੇ ਪੀਣਯੋਗ ਪਾਣੀ ਅਤੇ ਸੈਨੀਟੇਸ਼ਨ ਵਰਗੇ ਮਹਿਕਮਿਆਂ ਦਾ ਚਾਰਜ ਵੀ ਰਿਹਾ। ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਮੌਕੇ ਵਿਰਿੰਦਰ ਸਿੰਘ ਨੇ ਕਿਹਾ ਕਿ ਇਹ ਮੇਰੀ ਘਰ ਵਾਪਸੀ ਨਹੀਂ ਬਲਕਿ ਮੇਰੀ ਵਿਚਾਰ ਵਾਪਸੀ ਵੀ ਹੈ, ਇਹ ਮੇਰੀ ਵਿਚਾਰਧਾਰਾ ਦੀ ਵਾਪਸੀ ਹੈ। ਜੇ ਅਸੀਂ ਜਮਹੂਰੀਅਤ ਨੂੰ ਬਚਾਉਣਾ ਤਾਂ ਸਾਨੂੰ ਖੜ੍ਹੇ ਹੋ ਕੇ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰਨੀ ਪਵੇਗੀ ਕਿਉਂਕਿ ਦੇਸ਼ ਦਾ ਮਿਜਾਜ਼ ਬਦਲ ਰਿਹਾ। ਇਹ ਸਾਰਾ ਕੁਝ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋ ਰਿਹਾ। ਸੋ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਬਰਜਿੰਦਰ ਸਿੰਘ ਦੀ ਹਿਸਾਰ ਤੋਂ ਟਿਕਟ ਤੈਅ ਮੰਨੀ ਜਾ ਰਹੀ ਹੈ। ਉਹਨਾਂ ਦੀ ਪਤਨੀ ਪ੍ਰੇਮ ਲਤਾ ਲੋਕ ਸਭਾ ਤਾਂ ਨਹੀਂ ਪਰ ਵਿਧਾਨ ਸਭਾ ਚੋਣਾਂ ਜ਼ਰੂਰ ਲੜੇਗੀ। ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਜੇਲ੍ਹ ਦੇ ਵਿੱਚੋਂ ਪਿਛਲੇ ਦਿਨੀਂ ਰਿਹਾਅ ਹੋਏ ਲੀਡਰ ਸੰਜੇ ਸਿੰਘ ਪੰਜਾਬ ਦੌਰੇ 'ਤੇ ਪਹੁੰਚ ਗਏ ਹਨ। ਕੱਲ੍ਹ ਪਹਿਲਾਂ ਤਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ। ਇਹ ਇੱਕ ਨਿੱਜੀ ਮੁਲਾਕਾਤ ਸੀ ਕਿਉਂਕਿ ਸੰਜੇ ਸਿੰਘ ਭਗਵੰਤ ਮਾਨ ਦੇ ਘਰ ਧੀ ਹੋਣ 'ਤੇ ਵਧਾਈਆਂ ਦੇਣ ਪਹੁੰਚੇ ਸਨ। ਪੂਰੇ ਪਰਿਵਾਰ ਨੇ ਸੰਜੇ ਸਿੰਘ ਦਾ ਸਵਾਗਤ ਕੀਤਾ, ਜੱਫੀਆਂ ਵੀ ਪਈਆਂ। ਇਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਹੀ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਪਾਰਟੀ ਦੇ ਕੌਮੀ ਸਕੱਤਰ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਸਨ। ਇਹ ਮੀਟਿੰਗ ਚੋਣ ਪ੍ਰਚਾਰ ਦੇ ਲਈ ਰਣਨੀਤੀ ਤਿਆਰ ਕਰਨ ਖਾਤਰ ਸੱਦੀ ਗਈ ਸੀ। ਮੀਟਿੰਗ ਵਿੱਚ ਆਪ ਸਰਕਾਰ ਦੇ ਵੱਲੋਂ ਪੰਜਾਬ 'ਚ 2 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਹਨਾਂ ਕੰਮਾਂ ਨੂੰ ਘਰ ਘਰ ਪਹੁੰਚਾਉਣ 'ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਤਕਰੀਬਨ ਸਾਰੇ ਪੂਰੇ ਕਰ ਦਿੱਤੇ ਨੇ ਅਤੇ ਇਹਨਾਂ ਦਾ ਹੀ ਹੁਣ ਅਸੀਂ ਪ੍ਰਚਾਰ ਕਰਾਂਗੇ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਬੀਜੇਪੀ ਦਿੱਲੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਡੇਗਣਾ ਚਾਹੁੰਦੀ ਹੈ। ਇਹ ਵੀ ਖਾਸ ਜਾਣਕਾਰੀ ਮਿਲ ਰਹੀ ਹੈ ਕਿ ਅੱਜ 10 ਅਪ੍ਰੈਲ ਨੂੰ ਪਾਰਟੀ ਦੇ ਲੀਡਰ ਅਤੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਆਪਣੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨਗੇ। ਦੁਪਹਿਰੇ 1 ਵਜੇ ਮੁਲਾਕਾਤ ਦਾ ਸਮਾਂ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਚੋਣ ਕਮਿਸ਼ਨ ਨੂੰ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਆਪ ਵਫਦ ਚੋਣ ਕਮਿਸ਼ਨਰ ਨੂੰ ਮਿਲਿਆ ਅਤੇ ਲਿਖਤੀ ਸ਼ਿਕਾਇਤ ਸੌਂਪ ਕੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਪੰਜਾਬ ਬਚਾਓ ਯਾਤਰਾ ਦੌਰਾਨ ਆਪਣੀ ਮੁਹਿੰਮ ਲਈ ਇੱਕ ਬੱਚੇ ਦੀ ਵਰਤੋਂ ਕੀਤੀ ਜੋ ਹਦਾਇਤਾਂ ਦੀ ਉਲੰਘਣਾ ਹੈ ਅਤੇ ਇਹ ਸਭ ਉਦੋਂ ਹੋਇਆ ਜਦੋਂ ਸੁਖਬੀਰ ਬਾਦਲ 6 ਅਪ੍ਰੈਲ ਨੂੰ ਆਪਣੀ ਪੰਜਾਬ ਬਚਾਓ ਯਾਤਰਾ ਤਹਿਤ ਰਾਏਕੋਟ ਪਹੁੰਚੇ ਸਨ। ਉੱਥੇ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ, ਇਹ ਨਾਰੇ ਲਵਾਏ ਕਿ ਅਕਾਲੀ ਦਲ ਜ਼ਿੰਦਾਬਾਦ ਕਹੋ। ਬੱਚਿਆਂ ਤੋਂ ਇਹ ਨਾਰੇ ਲਵਾਏ ਕਿ ਅਕਾਲੀ ਦਲ ਜ਼ਿੰਦਾਬਾਦ ਕਹੋ। ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ। ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ, ਬੱਚਿਆਂ ਦਾ ਦੁਰਉਪਯੋਗ ਹੋਇਆ। ਦੇਸ਼ ਦਾ ਕਾਨੂੰਨ ਜਾਣਦਾ ਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ, ਜਿਹੜਾ ਬਾਲਗ ਨਹੀਂ ਹੋਇਆ, ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ। ਇਹ ਮਾਡਲ ਕੋਡ ਆਫ ਕੰਡਕਟ ਕਹਿੰਦਾ ਗਾ, ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇਗੀਆਂ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੰਪੇਨ ਨਹੀਂ ਕਰਾ ਸਕਦੇ। ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਦਾ ਜਵਾਬ ਦਿੱਤਾ ਹੈ। ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬੱਚੇ ਤਾਂ ਮਨ ਦੇ ਸੱਚੇ ਹੁੰਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਗੱਲ ਨਾਲ ਲਾਉਂਦੇ ਹਾਂ। ਪੰਜਾਬ 'ਚ ਉਹ ਯਾਤਰਾ ਵਿੱਚ ਹਰੇਕ ਉਮਰ ਵਰਗ ਦੇ ਲੋਕ ਸ਼ਾਮਿਲ ਹੋ ਰਹੇ ਨੇ। ਇਸੇ ਦਰਮਿਆਨ ਹੀ ਉਹ ਬੱਚਾ ਵੀ ਪਹੁੰਚਿਆ, ਉਸਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਨਾਰਾ ਲਾਇਆ। ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਕੱਲ੍ਹ ਮਾਛੀਵਾੜੇ ਦੇ ਪਿੰਡ ਕੂਮਕਲਾਂ ਤੋਂ ਸ਼ੁਰੂ ਹੋਣੀ ਸੀ, ਪਰ ਉਸ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਬਿਮਾਰ ਹੋ ਗਏ ਅਤੇ ਸੁਖਬੀਰ ਬਾਦਲ ਦੇ ਬਿਮਾਰ ਹੋਣ ਤੋਂ ਬਾਅਦ ਹੁਣ ਪੰਜਾਬ ਬਚਾਓ ਯਾਤਰਾ ਦੀ ਕਮਾਨ ਬਿਕਰਮ ਸਿੰਘ ਮਜੀਠੀਆ ਨੇ ਸਾਂਭ ਲਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਹੈ। ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਦੇ ਬਿਮਾਰ ਹੋਣ 'ਤੇ ਵੀ ਤੰਜ ਕੱਸਿਆ ਹੈ। ਕਹਿੰਦੇ ਚੋਣਾਂ ਦੌਰਾਨ ਨਿਕਲੇ ਡੱਡੂਆਂ ਅਤੇ ਮਿੱਟੀ ਨਾਲ ਜੁੜੇ ਲੀਡਰਾਂ ਦੇ ਵਿੱਚ ਇਹੀ ਫਰਕ ਹੈ। ਇੱਕ ਪਾਸੇ ਕਹਿੰਦੇ ਪੰਜਾਬ ਦੀ ਮਿੱਟੀ ਨਾਲ ਜੁੜੇ ਸੀਐਮ ਭਗਵੰਤ ਮਾਨ ਧੁੱਪ, ਠੰਡ, ਮੀਂਹ, ਹੜ੍ਹਾਂ ਦੇ ਵਿੱਚ ਵੀ ਆਪਣੇ ਲੋਕਾਂ ਨਾਲ ਖੜ੍ਹਦੇ ਨੇ। ਦੂਸਰੇ ਪਾਸੇ ਸੁਖਬੀਰ ਬਾਦਲ ਵੱਡੇ ਵੱਡੇ ਮਹਿਲਾਂ ਦੇ ਵਿੱਚ ਵੱਡਾ ਹੋਇਆ, ਏਸੀ ਗੱਡੀਆਂ 'ਚ ਸਫ਼ਰ ਕੀਤਾ, ਕਦੇ ਗਰਮੀ ਮਹਿਸੂਸ ਹੀ ਨਹੀਂ ਕੀਤੀ ਅਤੇ ਹੁਣ ਧੁੱਪ ਨਾ ਲੱਗੇ ਇਸ ਕਰਕੇ ਕਾਰ 'ਤੇ ਛੱਤ ਵੀ ਲਵਾ ਲਈ। ਅਜਿਹੇ ਲੀਡਰ ਗਰਮੀ ਨੂੰ ਬਰਦਾਸ਼ਤ ਕਿਵੇਂ ਕਰਨਗੇ? ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੀ ਪੰਜਾਬ ਪਹੁੰਚ ਗਏ ਨੇ। ਬਠਿੰਡਾ ਪਹੁੰਚੇ ਨੱਡਾ ਦਾ ਬੀਜੇਪੀ ਲੀਡਰਾਂ ਨੇ ਸਵਾਗਤ ਕੀਤਾ, ਹਾਲਾਂਕਿ ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨਜ਼ਰ ਨਹੀਂ ਆਏ। ਨੱਡਾ ਰਾਜਸਥਾਨ ਦੇ ਸ਼ਹਿਰ ਹਨੂੰਮਾਨਗੜ੍ਹ ਅਤੇ ਗੰਗਾਨਗਰ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਦਿੱਲੀ ਰਵਾਨਾ ਹੋਣ ਸਮੇਂ ਏਅਰਪੋਰਟ 'ਤੇ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਸੀਨੀਅਰ ਲੀਡਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਚੋਣਾਂ ਦੇ ਲਈ ਡਟ ਕੇ ਪ੍ਰਚਾਰ ਕਰਨ ਦੀ ਹਦਾਇਤ ਵੀ ਦਿੱਤੀ।
पूरे पंजाब दे विच जिथे बीजेपी के उम्मीदवारों का किसान विरोध कर रहे हैं उत्थे बठिंडा दे विच आम आदमी पार्टी के उम्मीदवार गुरमीत सिंह खुडियां का भी दूसरी बारी विरोध होया है। कल खुडियां बठिंडा बार एसोसीएशन दे विच वकीलों का समर्थन लैण लई पहुंचे सन। भारतीय किसान यूनियन एकता उगराहां की अगवाई दे विच किसानां ने खुडियां का विरोध किया। दरअसल किसान 4 अप्रैल तो मिनी सकत्रेत मूहरे बेमियादी धरना दे रहे हैं। जिवें ही उन्होंने खुडियां की आमद का पता लग्या उन्होंने अपनी थां तो उठ के कचहरियां के 3 गेटां के मूहरे धरना ला के नारेबाजी शुरू कर दिते, जिस तों बाद खुडियां ने कथित तौर पर डिप्टी कमिश्नर फोन करके किसानों नाल फौरी गलबात करके उन्होंने मसलों नूं सुलझाउण लई कहा। इस तों बाद किसानां दी अधिकारियां दे नाल मीटिंग हुई। 16 अप्रैल नूं फिर मीटिंग डीसी दे नाल होवेगी अते किसानां दीआं मुआवजे नाल संबंधित सारियां मंगां नूं मनण दा भरोसा भी दित्ता गया। मोहाली दे विच आम आदमी घर बचाओ मोर्चा ने पंजाब सरकार ते निशाना सिधदिआं कहा कि लोकां तों वोटां मंगण आउण तों पहलां शहरां नेड़ले पेंडू खेतर दे विच जमीनां प्लाटां ते लाई अण ऐलानी रोक हटाई जावे। पहलां कहिंदे रजिस्ट्रियां तों रोक हटाओ फिर वोटां मंगण आओ। चोणां दे इस माहौल दे विच बीजेपी लीडरां दे वल्लों लगातार दूसरियां पार्टियां दे लीडरां नूं अपने वल खिच्चिया जा रहा है। कल लुधियाणा खन्ना ते फतेहगढ़ साहिब दे कई कांग्रेसी ते आप लीडर बीजेपी दे विच शामिल हो गए, जिन्हां दा पंजाब बीजेपी दे प्रधान सुनील जाखड़ ने चंडीगढ़ स्थित पार्टी दफ्तर विच स्वागत कीता। इसे तरह मोगा दे विच श्रोमणी अकाली दल ते भाजपा नूं वड्डा झटका लग्या जदों अकाली दल दे मोगा तों शहरी प्रधान प्रेम चंद ते बांगापुराणा तों बीजेपी दे हलका इंचार्ज गुरमिंदरजीत सिंह बबलू आम आदमी पार्टी विच शामिल हो गए, जिन्हां दा मुख्यमंत्री भगवंत मान ने पार्टी विच स्वागत किया। पंजाब दे विच चोण जाबते की उलंघना तहत पहला केस पटियाला जिले च दर्ज होया है। आदर्श चोण जाबते की उलंघना का नोटिस लैंदियां पटियाला पुलिस ने पीसीएमसी कमेटी पटियाला दीआं सिफारशां ते जिले के राजपुरा स्थित प्राइम सिनेमा के मालकां ते प्रबंधकां सने क्यूब सिनेमा के इंचार्ज खिलाफ केस दर्ज किया है। सीईओ दफ्तर नूं 6 अप्रैल नूं आरटीआई कारकुन ने चोण जाबते की उलंघना करन दी शिकायत भेजी सी, जिस विच सरकार ते मुख्यमंत्री दे लोगो वाले प्रचार ते आधारित वीडियोज़ सूबे भर के सिनेमाघरां दे विच दिखाउण बारे दस्सिया गया। यानी कि राजपुरे के सिनेमां दे विच जदों भी फिल्म चलदी सी तां उस तों पहलां आम आदमी पार्टी दा यानी कि मौजूदा सरकार दा प्रचार करदे इश्तिहार चलाए जांदे सी, जिहड़ा कि चोण जाबते दी उलंघना है। जलंधर तो कांग्रेस दे विच वड्डी बगावत शुरू हो गई है। फिलौर दे मौजूदा कांग्रेसी विधायक विक्रमजीत सिंह चौधरी ने विधानसभा च पार्टी दे चीफ विप दे अहुदे तो अस्तीफा दे दिता है। विक्रमजीत सिंह चौधरी मरहूम संतोख सिंह चौधरी दे पुत्तर ने जिहड़े अपनी माता दे लई टिकट चाहुंदे ने, पर इत्थों पंजाब दे साबका मुख्यमंत्री चरणजीत सिंह चन्नी अपना दावा पेश कर रहे ने ते मजबूत भी कर रहे ने। मरहूम पंजाबी गायक शुभदीप सिंह सिद्धू मूसेवाले दा जहानों जाण तो बाद 6वां गीत अज रिलीज़ होवेगा। इस गीत नूं रैपर ते मूसेवाले दे दोस्त सनी माल्टन ने पूरा कीता है। गीत दा कवर रिलीज़ कर दिता गया। गीत दा नाम 410 है। यही कारण है कि यह गीत 4 महीने की 10 तरीक नूं यानी कि अज रिलीज़ किया जा रहा है। यह गीत मूसेवाले के यूट्यूब चैनल से ही रिलीज़ किया जाएगा। उधर मूसेवाला कांड दे विच कल अदालत विच सुनवाई हुई, जिस दरमियान 25 मुलजमान ने वर्चुअली पेशी भुगती। 27 दे विचों 25 मुलजम तां कल वीडियो कॉन्फ्रेंसिंग राही पेश हो गए, जबकि बाकी 2 मुलजमान दीपक मुंडी ते सचिन भवानी नाल जेल दे विच तालमेल नहीं हो सकिया। अदालत ने अगली सुनवाई 19 अप्रैल ते पा दिती है। 19 अप्रैल नूं गैंगस्टर लॉरेंस बिश्नोई चरणजीत सिंह चेतन जग्गू भगवानपुरिया ते जगतार सिंह दीआं अर्जियां ते बहस होवेगी, जिस विच गैंगस्टरां ने खुद नूं बेगुनाह दस्सिया है। मूसेवाले दे मापिआं वल्लों पेश होए वकील सतिंदरपाल सिंह मित्तल ने दस्सिया कि अदालत वल्लों 5 अप्रैल नूं 4 जणिआं सचिन थापन यानी कि सचिन बिश्नोई, सचिन भवानी, दीपक मुंडी ते कपिल पंडित नूं प्रोडक्शन वारंट जारी कीते गए सन। उन्हां विचों दीपक मुंडी ते सचिन भवानी नूं छड्ड के बाकी 2 ने वीडियो कॉन्फ्रेंस राहीं पेशी भुगती। हरियाणे दी बीजेपी सरकार ने हरियाणा सिख गुरद्वारा प्रबंधक कमेटी दे वख-वख बैंक खात्यां चों पैसे कढवाउण ते पाबंदी ला दित्ती है। हरियाणा दे गृह विभाग दे वधीक मुख सकत्तर ने शनिचरवार नूं सूबे दे सारे प्रमुख बैंकां दे जोनल मुखियां ते खेतरी मुखियां नूं चिट्ठियां भेज के लिखिआ है कि हरियाणा सिख गुरद्वारा प्रबंधक एक्ट 2014 के नियमों की उलंघना के मद्देनजर वित्ती बेनियमियां करके गुरद्वारा प्रबंधक कमेटी के वख-वख खात्यां चों पैसे कढ़ाउण ते पाबंदी लाई जाती है। चिट्ठी विच कहा गया कि सरकार नूं मिलियां चिट्ठियां विच कमेटी की कार्यकारिणी के अधिकारियों वल्लों वित्ती बेनियमियां दीआं शिकायतां भी आईआं ने। इस संबंधी जदों हरियाणा कमेटी के प्रधान भुपिंदर सिंह असंध नाल संपर्क किया गया तो उन्होंने यह कह के टालन की कोशिश की कि उन्होंने बैंक खाते फ्रीज करन बारे कोई जानकारी ही नहीं है।
आम आदमी पार्टी दे अमृतसर तो विधायक कुंवर विजय प्रताप सिंह ने एक बारी फिर बेअदबी केसां विच अपनी ही आम आदमी पार्टी दी सरकार नूं घेरिया। याद कराया कि बरगाड़ी ते कोटकपुरा मामलों दे विच कोई अपडेट नहीं है, जिस नूं लैके उह 3 साल पहला पुलिस की नौकरी तो अस्तीफा भी दे चुके ने। उन्होंने कहा कि 3 साल पहला 9 अप्रैल 2021 विच उन्होंने अपनी पुलिस की नौकरी तो अस्तीफा दिता सी, पर पूरे 3 साल बीतन के बावजूद भी मसला उत्थे दा उत्थे खड़ा है। उन्होंने कहा कि मैं चाहना बरगाड़ी ते कोटकपुरा मामलों की जांच होवे, दोषियों नूं सज़ा मिले। इसे उम्मीद नाल कहिंदे मैं नौकरी छड़ के सियासत विच आया सी, पर मामला अज भी ज्यों दा त्यों क्यों खड़ा है। उन्होंने फिर उम्मीद प्रगटाई कि श्री गुरु गोबिंद सिंह जी की अदालत विच इस मामले का जरूर फैसला होवेगा, न्याय होवेगा। मध्य प्रदेश के इंदौर दे विच पुलिस मुलाजमान दे वल्लों एक 19 साल के सिख नौजवान की बड़ी बेरहमी दे नाल कुटमार की गई, दस्तार भी उतारी गई। इस दी चीफ खालसा दीवान ने सख्त निंदा की है। चीफ खालसा दीवान के प्रधान ते आप MLA डॉक्टर इंदरबीर सिंह निज्जर समेत होरना ने दोष लाया कि पुलिस मुलाजमान ने शरेआम बाजार दे विच सिख विद्यार्थी नूं बिना किसी गलती दे घड़ीस के कैमरे की रेंज तो बाहर लजाना, बेतहाशा मारना कुटना ते दस्तार ला के बेइज्जत करना मनुखता नूं शर्मसार करन वाला घिनौना अपराध है। चीफ खालसा दीवान के प्रधान ने केंद्र सरकार, सूबा सरकार ते पुलिस प्रशासन नूं दोषी मुलाजमान विरुद्ध सख्त कार्रवाई करन दी अपील करदिया पीड़ित परिवार नूं इंसाफ देने की मांग की है। पंजाब दे फरीदकोट जिले दे विच नशा तस्कर इन्ने क बेखौफ हो गए ने कि नशा वेचण दे लई ओह इश्तिहार भी लाउण लगे ने, ते इश्तिहार भी बाकायदा सरकारी इमारतां ते लाए जा रहे ने। गुरु गोबिंद सिंह मैडिकल कॉलेज फरीदकोट दे पिछले पासे बनी कलोनी दे पार्क ते आंगणवाड़ी सेंटर दीआं कंधां ते नशा मिलण वालीआं थावां बारे जानकारी लिख के दित्ती गई है। बाजीगर बस्ती विच नशे दा सब तों वध प्रभाव है ते इस कलोनी दे लोक कई वारी रोस मुजाहरे भी कर चुके ने, पर इस दे बावजूद इत्थे नशे दी विक्री नहीं घट रही। SSP हरजीत सिंह ने पुष्टि की कि पार्क ते आंगणवाड़ी सेंटर की कंध ते किसी शरारती ने चिट्टा मिलने वालियां थावां दे वेरवे लिखे हुए सन ते उत्थों नशा खरीदने लई कहा गया। मुढ़ली पड़ताल तो बाद कहिंदे सिर्फ शरारत ही जापदी है ते पुलिस ने कंधां ते लिखे इन्हें इश्तिहारां नूं हटा भी दिता है। इश्तिहारां दे विच लिखिया होया चिट्टा लवो, थले पता दस्सिया कि इत्थे आके चिट्टा लवो, चिट्टा लवो 1.2 किलोमीटर तों। ते इश्तिहारबाजी पक्के लाल रंग दे विच लिख के कीती गई, पेंट करके कीती गई। कलोनी वासियां ने दस्या कि कंधां ते जिन्हां थावां दा जिक्र होया उत्थे वाकया ही पिछले कई सालां तों बिना रोक टोक दे नशा विक रहा है, पर तस्कर हाले तक पुलिस नूं लब्भे ही नहीं। पंजाब दीआं वड्डीआं खबरां दे इस खास बुलेटिन दे विच कुछ होर खबरां विस्तार दे नाल। मोर्चियां ते बैठे किसानां तों बाद हुण संयुक्त किसान मोर्चा राज्यवाल ग्रुप ने भी लोक सभा चोणां विच BJP दे उम्मीदवारां नूं घेरन दी रणनीति घड़ लई है। मोर्चे दे लीडर बलवीर सिंह राज्यवाल समेत कई किसान लीडरां ने चंडीगढ़ दे किसान भवन दे विच प्रैस कॉन्फ्रेंस करके 10 सवालां दा इक पोस्टर जारी कीता है, जो पंजाब दे हरेक पिंड च वड़न वाले गेटां ते लाया जाऊगा। किसान लीडर राजवाल ने किसानां नूं ज़ाबते विच रह के ही आगुआं दे कोलों, BJP दे आगुआं दे कोलों सवाल पुछण दी हदायत कीती है। उन्हां कहा कि साडी इक गलती दे नाल BJP इस साडी मुहिम नूं गलत रंगत दे सकदी है, दूसरी रंगत दे सकदी है। अपने सारे वर्करां नूं, आम पेंडुआं नूं, शहरियां नूं इह बेनती है कि सवाल करन वेले ज़ाबत च रहना बहुत जरूरी है। ज़ाबत च रहोगे तां तुहाडे सवालां दा दबाअ होएगा, जे वायलेंट होए ਤਾਂ ਪੋਲਰਾਈਜੇਸ਼ਨ ਕਰਨ ਵਿੱਚ ਸਫਲ ਹੋ ਜਾਣਗੇ BJP ਵਾਲੇ। ਇਹ ਅਸੀਂ ਕਿਸੇ ਕੀਮਤ 'ਤੇ ਨਹੀਂ ਚਾਹੁੰਦੇ। ਤੋ ਜਿਹੜੇ ਸਵਾਲ ਅਸੀਂ ਕਰਨੇ ਚਾਹਾਂਗੇ ਸਾਰੇ ਜਿਹੜੇ ਅਸੀਂ ਫੈਸਲਾ ਕੀਤਾ, ਪਹਿਲਾ ਸਵਾਲ ਹੈ ਵੀ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ ਗਏ, ਬੈਰੀਕੇਡ ਕਿਉਂ ਲਾਏ, ਅਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ, ਕੀ ਅਸੀਂ ਵਿਦੇਸ਼ੀ ਹਾਂ, ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ। ਕਿਸਾਨਾਂ ਨੇ ਜਿਹੜੇ 10 ਸਵਾਲਾਂ ਦਾ ਪੋਸਟਰ ਤਿਆਰ ਕੀਤਾ ਹੈ ਉਹਦੇ ਵਿੱਚ ਪੁੱਛਿਆ ਗਿਆ ਕਿ ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ, ਬੈਰੀਕੇਡ ਕਿਉਂ ਲਾਏ, ਅਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ, ਕੀ ਅਸੀਂ ਵਿਦੇਸ਼ੀ ਹਾਂ, ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ, ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ, ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ, 400 ਕਿਸਾਨ ਕਿਉਂ ਫੱਟੜ ਕੀਤੇ, MSP ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ। ਇਹ 11 ਸਵਾਲ ਨੇ ਜਿਹੜੇ ਫਲੈਕਸਾਂ ਬਣਾ ਕੇ ਸਾਰੇ ਪਿੰਡਾਂ ਦੇ ਐਂਟਰੀ ਪੁਆਇੰਟਸ 'ਤੇ ਲਾ ਦਿੱਤੇ ਜਾਣਗੇ। ਭਾਜਪਾ ਵਾਲੇ ਜੇ ਜਾਣਗੇ ਉਹਨਾਂ 'ਤੇ ਸਵਾਲ ਇਹ ਕੀਤੇ ਜਾਣਗੇ, ਪਰ ਰਿਹਾ ਜਾਏਗਾ ਪੀਸਫੁੱਲ। ਇਹ ਪਹਿਲੀ ਸ਼ਰਤ ਸਾਡੀ, ਸਾਡੇ ਕੇਡਰ ਨੂੰ, ਸਾਡੇ ਲੋਕਾਂ ਨੂੰ, ਉਹਨਾਂ ਨੂੰ ਅਪੀਲ ਹੈ। ਇਸ ਤੋਂ ਪਹਿਲਾਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ, ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਵੀ ਇੱਕ ਪੋਸਟਰ ਜਾਰੀ ਕਰਕੇ BJP ਦੇ ਲੀਡਰਾਂ ਨੂੰ ਘੇਰਨ ਦਾ ਪ੍ਰੋਗਰਾਮ ਵਿੱਢਿਆ ਹੋਇਆ ਹੈ ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੇ ਪੱਧਰ ਤੇ ਵੀ ਲੋਕ BJP ਦਾ ਬਾਈਕਾਟ ਕਰ ਰਹੇ ਨੇ।
ਹੁਣ ਤੱਕ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ, ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਅਤੇ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਧਰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹੀਦੀ ਕਲਸ਼ ਯਾਤਰਾ ਤਾਮਿਲਨਾਡੂ ਦੇ ਰਾਮਨਾਥਪੁਰਮ ਦੇ ਰਾਮੇਸ਼ਵਰਮ ਵੱਲ ਵਧ ਗਈ ਹੈ। ਕਿਸਾਨ ਲੀਡਰ ਸਰਵਣ ਸਿੰਘ ਬੰਧੇਰ ਉੱਥੇ ਪਹੁੰਚੇ ਹੋਏ ਨੇ। ਉਨ੍ਹਾਂ ਕਿਹਾ ਕਿ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਪਹੁੰਚ ਰਹੇ ਨੇ, ਇਕੱਠੇ ਹੋ ਰਹੇ ਨੇ। ਤਰਨ ਤਾਰਨ ਦੇ ਵਿੱਚ ਇੱਕ 55 ਸਾਲ ਦੀ ਔਰਤ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਸਿਊ ਮੋਟੋ ਨੋਟਿਸ ਲਿਆ, ਯਾਨੀ ਕਿ ਆਪੂ ਨੋਟਿਸ ਲੈਂਦੇ ਹੋਏ ਵੱਡੀਆਂ ਟਿੱਪਣੀਆਂ ਕੀਤੀਆਂ ਨੇ। ਜਸਟਿਸ ਵਿਸ਼ਿਸ਼ਟ ਨੇ ਕਿਹਾ ਕਿ ਮੈਨੂੰ ਮਹਾਂਭਾਰਤ ਯਾਦ ਆ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਨੇ 30 ਅਪ੍ਰੈਲ ਤੱਕ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਕਿ ਹੁਣ ਤੱਕ ਕੀ ਕਾਰਵਾਈ ਹੋਈ ਹੈ। ਹਾਲਾਂਕਿ ਸੁਣਵਾਈ ਦਰਮਿਆਨ ਪੰਜਾਬ ਸਰਕਾਰ ਨੇ ਦੱਸਿਆ ਕਿ ਸਾਰੇ 5 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਨੇ, ਪਰ ਫਿਰ ਵੀ ਡਿਟੇਲ ਦੇ ਵਿੱਚ ਰਿਪੋਰਟ ਮੰਗੀ ਗਈ ਹੈ। ਹਾਈਕੋਰਟ ਨੇ ਕਿਹਾ ਕਿ ਬਹੁਤ ਘਿਨੌਣੀ ਘਟਨਾ ਹੈ, ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜਸਟਿਸ ਵਿਸ਼ਿਸ਼ਟ ਦੀ ਟਿੱਪਣੀ ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੰਜ ਕੱਸਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਵਿੱਚ ਦੁਰਯੋਧਨ ਕੌਣ ਤੇ ਕੌਰਵਾਂ ਕੌਣ ਹੈ, ਇਸਦਾ ਫੈਸਲਾ ਪੰਜਾਬ ਦੀ ਜਨਤਾ ਨੂੰ ਚੋਣਾਂ ਦੇ ਵਿੱਚ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਵੇਲਾ ਹੈ ਪਗੜੀ ਸੰਭਾਲ ਜੱਟਾਂ ਦੇ ਨਾਅਰੇ ਤੇ ਪਹਿਰਾ ਦੇਣ ਦਾ। ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਘੁਟਾਲੇ ਵਿੱਚ ਫਸੇ ਆਪਣੇ ਲੀਡਰ ਕੇਜਰੀਵਾਲ ਦਾ ਬਚਾਅ ਕਰਨ ਦੇ ਵਿੱਚ ਲੱਗੇ ਹੋਏ ਨੇ। ਇਸ ਮਾਮਲੇ ਦੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਨੋਟਿਸ ਲਿਆ ਸੀ। ਧੀ ਮਾਂ ਭੈਣ ਜਿਹਦੀ ਇੱਜ਼ਤ ਉੱਥੇ ਸੜਕਾਂ ਦੇ ਉੱਤੇ ਰੋਲੀ ਗਈ, ਉਹਦੀ ਗੱਲ ਨਾ ਕਰਕੇ 92 ਦੇ 92 ਜਿਹੜੇ MLA ਜਾ ਕੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਉੱਥੇ ਉਸ ਜਨਮ ਸਥਲੀ ਤੇ ਜਾ ਕੇ ਉਹਨਾਂ ਨੇ ਇੱਕ ਭ੍ਰਿਸ਼ਟ ਆਦਮੀ, ਇੱਕ ਬੇਈਮਾਨ ਆਦਮੀ ਤੇ ਦਾਰੂ ਦੇ ਅੰਦਰ ਜਿਹਨੇ ਘੁਟਾਲੇ ਕੀਤੇ ਆ, ਉਹਨਾਂ ਲੋਕਾਂ ਦੀ ਗੱਲ ਕਰੀ ਜਾਂਦੇ ਆ। ਪੰਜਾਬ ਦੀ ਇੱਜ਼ਤ ਦਾ ਕੋਈ ਰਖਵਾਲਾ ਹੈ ਨਹੀਂ ਸਾਹਿਬ। ਕਹਿੰਦੇ ਨਾ ਪਗੜੀ ਸੰਭਾਲ ਜਿੱਤਾ, ਅੱਜ ਸਮਾਂ ਆ ਗਿਆ ਸਾਹਿਬ, ਪਗੜੀ ਸੰਭਾਲਣ ਦਾ ਸਮਾਂ ਆ ਗਿਆ, ਆਪਾਂ ਨੂੰ ਸਾਹਮਣੀ ਪਊਗੀ ਸਾਹਿਬ, ਕਿਉਂਕਿ ਇਹਨਾਂ ਲੋਕਾਂ ਤੋਂ ਆਸ ਖਤਮ ਹੋ ਗਈ, ਕੋਈ ਆਸ ਨਹੀਂ ਇਹਨਾਂ ਤੋਂ। ਇਹ ਜਾਇਦਾਦ ਦੇ ਨਾਂ ਤੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਨੇਚਰ ਹਾਈਟਸ ਇੰਫਰਾ ਲਿਮਿਟਡ ਦੇ ਠੱਗ MD ਨੀਰਜ ਅਰੋੜਾ ਨੂੰ ਫਰੀਦਕੋਟ ਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ। ਪੰਜਾਬ ਦੇ 417 ਥਾਣਿਆਂ ਦੀ ਪੁਲਿਸ 117 ਮਾਮਲਿਆਂ ਦੇ ਵਿੱਚ ਲੋੜੀਂਦੇ ਨੀਰਜ ਅਰੋੜਾ ਦੀ ਭਾਲ ਕਰ ਰਹੀ ਸੀ, ਯਾਨੀ ਕਿ ਇਸ ਬੰਦੇ ਦੇ ਖਿਲਾਫ, ਇਸ ਠੱਗ ਬਿਜ਼ਨਸਮੈਨ ਦੇ ਖਿਲਾਫ 417 ਥਾਣਿਆਂ ਦੇ ਵਿੱਚ ਪਰਚੇ ਦਰਜ ਹੋਏ ਸਨ, ਸ਼ਿਕਾਇਤਾਂ ਪਹੁੰਚੀਆਂ ਸਨ। 117 ਮਾਮਲਿਆਂ ਦੇ ਵਿੱਚ ਇਹ ਲੋੜੀਂਦਾ ਸੀ। ਨੀਰਜ ਅਰੋੜਾ ਦੇ ਕੋਲੋਂ ਇੱਕ ਲਗਜ਼ਰੀ BMW ਕਾਰ, ਮੋਬਾਈਲ ਫੋਨ ਤੇ ਜਾਲੀ ਦਸਤਾਵੇਜ਼ ਵੀ ਬਰਾਮਦ ਹੋਏ ਨੇ। ਫਰੀਦਕੋਟ ਦੇ SSP ਹਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਨੀਰਜ ਤੇ 2 ਲੱਖ ਦਾ ਇਨਾਮ ਵੀ ਰੱਖਿਆ ਸੀ। ਨੀਰਜ ਅਬੋਹਰ ਦਾ ਰਹਿਣ ਵਾਲਾ ਹੈ। 5 ਸਾਲ ਪਹਿਲਾਂ ਜਾਇਦਾਦ ਦਾ ਕਾਰੋਬਾਰ ਕਰਕੇ ਉਸਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਾਇਆ ਸੀ। ED ਨੇ ਨੀਰਜ ਅਰੋੜਾ ਤੇ ਹੋਰ ਸੰਬੰਧਿਤ ਲੋਕਾਂ ਦੀ 22 ਕਰੋੜ 24 ਲੱਖ ਦੀ ਜਾਇਦਾਦ ਵੀ ਅਟੈਚ ਕੀਤੀ ਹੈ। ਇਹਦੇ ਵਿੱਚ 17 ਕਰੋੜ 58 ਰੁਪਏ ਦੀ ਅਚਲ ਅਤੇ 4 ਕਰੋੜ 38 ਲੱਖ ਰੁਪਏ ਦਾ ਜਿਹੜਾ ਬੈਂਕ ਬੈਲੈਂਸ ਸ਼ਾਮਿਲ ਹੈ। ਇਸ ਠੱਗ ਨੀਰਜ ਨੇ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਤੇ ਮੱਧ ਪ੍ਰਦੇਸ਼ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ ਵੀ ਲੋਕਾਂ ਨਾਲ ਧੋਖਾਧੜੀ ਕੀਤੀ ਤੇ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਨੇਚਰ ਹਾਈਟਸ ਦੇ ਵਿਰੁੱਧ ਨਿਵੇਸ਼ਕਾਂ ਨੇ ਧੋਖਾਧੜੀ ਦੇ 31 ਮਾਮਲੇ ਦਰਜ ਕਰਵਾਏ ਸੀ। ਇਸ ਦੌਰਾਨ 7 ਹੋਰ ਮਾਮਲੇ ਵੀ ਸਾਹਮਣੇ ਹੋਏ ਆ। ਜਦੋਂ ਜਾਂਚ ਚੱਲੀ ਉਸ ਤੋਂ ਬਾਅਦ 7 ਹੋਰ ਮਾਮਲੇ ਸਾਹਮਣੇ ਆਏ। ਜਾਇਦਾਦ ਦੀ ਖਰੀਦੋ ਫਰੋਖਤ ਵਿੱਚ 500 ਕਰੋੜ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਨੀਰਜ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 9 ਸਾਲ ਪਹਿਲਾਂ 100 ਦੇ ਕਰੀਬ ਨਿਵੇਸ਼ਕਾਂ ਨੇ ਤਹਿਸੀਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ। ਇਸ ਠੱਗ ਦੀ ਖਬਰ ਤੋਂ ਬਾਅਦ ਇੱਕ ਸਮਾਜ ਸੇਵੀ ਔਰਤ ਦੀ ਖਬਰ ਵੀ ਸੁਣਾ ਦਿੰਦੇ ਹਾਂ, ਜਿਸ ਨੂੰ ਧੋਖਾਧੜੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸਮਾਜ ਸੇਵੀ ਅਤੇ ਕਾਂਗਰਸ ਦੀ ਲੀਡਰ ਰਹਿ ਚੁੱਕੀ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਵਾਰੀ ਫੇਰ ਗ੍ਰਿਫ਼ਤਾਰੀ ਹੋਈ ਹੈ, ਪਹਿਲਾਂ ਵੀ ਇਹਨਾਂ ਨੂੰ ਅਰੈਸਟ ਕੀਤਾ ਜਾ ਚੁੱਕਿਆ। ਮਨਜੀਤ ਕੌਰ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਕਰੀਬ 30 ਮਾਮਲਿਆਂ 'ਚ ਮੁਲਜ਼ਮ ਹੈ, ਜਦਕਿ 4 ਮਾਮਲਿਆਂ ਦੇ ਵਿੱਚ ਫਰਾਰ ਹੈ। 7 ਮਾਮਲਿਆਂ 'ਚ ਇਹਨੂੰ ਜ਼ਮਾਨਤ ਮਿਲੀ ਹੋਈ ਹੈ। ਇਸ ਵਾਰੀ ਮਨਜੀਤ ਕੌਰ ਨੂੰ ਲੁਧਿਆਣੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਇਲਜ਼ਾਮ ਨੇ ਕਿ ਵਰੁਣ ਜੈਨ ਦੇ ਨਾਲ ਸੈਕਟਰ 38 ਦੇ ਵਿੱਚ ਹਾਊਸਿੰਗ ਬੋਰਡ ਕੋਟੇ ਦਾ ਫਲੈਟ ਦਿਵਾਉਣ ਦੇ ਨਾਂ ਤੇ ਇਸਨੇ 60 ਲੱਖ ਰੁਪਏ ਦੀ ਠੱਗੀ ਕੀਤੀ। ਇਸ ਮਾਮਲੇ 'ਚ ਮਨਜੀਤ ਕੌਰ ਤੋਂ ਇਲਾਵਾ ਉਸਦੀ ਨੂੰਹ ਤੇ 2 ਪ੍ਰਾਪਰਟੀ ਡੀਲਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ। ਫਿਲਹਾਲ ਮਨਜੀਤ ਕੌਰ ਦੀ ਨੂੰਹ ਮੌਲਿਕਾ ਫਰਾਰ ਦੱਸੀ ਜਾ ਰਹੀ ਹੈ ਤੇ ਉਸਦੀ ਗ੍ਰਿਫ਼ਤਾਰੀ ਦੇ ਲਈ ਵੀ ਛਾਪੇ ਮਾਰੇ ਜਾ ਰਹੇ ਨੇ।
ਉੱਤਰਾਖੰਡ ਦੇ ਗੁਰਦੁਆਰਾ ਨਾਨਕ ਮਤਾ ਦੇ ਕਾਰਜ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਮਾਮਲੇ ਦੇ ਮੁੱਖ ਮੁਲਜ਼ਮ ਅਮਰਜੀਤ ਸਿੰਘ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ। ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਨੇ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਪੁਲਿਸ ਮੁਤਾਬਕ ਹਰਿਦੁਆਰ ਦੇ ਭਗਵਾਨਪੁਰਾ ਇਲਾਕੇ ਵਿੱਚ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਦਾ ਮੁਲਜ਼ਮਾਂ ਦੇ ਨਾਲ ਮੁਕਾਬਲਾ ਹੋਇਆ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਬਿੱਟੂ ਦਾ ਸਾਥੀ ਸਰਬਜੀਤ ਸਿੰਘ ਮੌਕੇ ਤੇ ਫਰਾਰ ਹੋਣ ਤੋਂ ਕਾਮਯਾਬ ਹੋ ਗਿਆ, ਜਦਕਿ ਜਿਹੜਾ ਦੂਸਰਾ ਅਮਰਜੀਤ ਸਿੰਘ ਸੀ ਉਹ ਪੁਲਿਸ ਮੁਕਾਬਲੇ ਦੇ ਵਿੱਚ ਢੇਰ ਹੋ ਗਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਅਮਰਜੀਤ ਸਿੰਘ ਖਿਲਾਫ 16 ਤੋਂ ਵੱਧ ਕੇਸ ਦਰਜ ਨੇ ਤੇ ਉਸ ਦੇ ਸਿਰ ਤੇ 1,00,000 ਦਾ ਇਨਾਮ ਵੀ ਰੱਖਿਆ ਹੋਇਆ ਸੀ। ਇਸ ਮਾਮਲੇ ਵਿੱਚ 3 ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਉਹ ਕਥਿਤ ਤੌਰ ਤੇ ਮੁਲਜ਼ਮਾਂ ਨੂੰ ਇਕੱਠਾ ਕਰਨ, ਸਰੋਤ ਮੁਹੱਈਆ ਕਰਵਾਉਣ ਤੇ ਹਥਿਆਰਾਂ ਦੀ ਸਪਲਾਈ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਰਗੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਲ ਸਨ, ਜਿਹੜੇ 3 ਹੋਰ ਗ੍ਰਿਫਤਾਰ ਕੀਤੇ ਗਏ ਨੇ। ਜਿਹੜੇ ਆ ਦੋਵੇਂ ਜਿਨ੍ਹਾਂ ਨਾਲ ਪੁਲਿਸ ਮੁਕਾਬਲਾ ਹੋਇਆ, ਇਹਨਾਂ ਨੇ ਮੁੱਖ ਤੌਰ ਤੇ ਬਾਬਾ ਤਰਸੇਮ ਸਿੰਘ ਨੂੰ ਖਤਮ ਕੀਤਾ ਸੀ। ਇਸ ਸਾਜਿਸ਼ ਦੇ ਵਿੱਚ ਕਾਰ ਸੇਵਾ ਦੇ ਇੱਕ ਸੇਵਾਦਾਰ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਸੀ। ਕਾਰ ਸੇਵਾ ਮੁਖੀ ਤਰਸੇਮ ਸਿੰਘ ਨੂੰ ਜਨਵਰੀ ਤੋਂ ਧਮਕੀਆਂ ਮਿਲ ਰਹੀਆਂ ਸਨ, ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਬਹੁਤਾ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਸੀ। ਇਸ ਤੋਂ ਬਾਅਦ 28 ਮਾਰਚ ਨੂੰ ਤਰਸੇਮ ਸਿੰਘ ਨੂੰ ਉਹਨਾਂ ਦੇ ਗੁਰਦੁਆਰੇ ਦੇ ਵਿੱਚ ਹੀ ਪਾਰਕ ਦੇ ਵਿੱਚ ਬੈਠਿਆਂ ਸ਼ਰੇਆਮ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਸੀ। ਐਸਟੀਐਫ ਦੁਆਰਾ ਇੱਕ ਸੂਚਨਾ ਮੈਨੂੰ ਦਿੱਤੀ ਗਈ ਸੀ ਕਿ ਕੁਝ ਸੰਦਿਗਧ ਵਿਅਕਤੀ सहारनपुर की साइड से हरिद्वार क्रॉस करते हुए मुरादाबाद की ओर पहुंचाएंगे। इस पर तत्काल मेरे द्वारा सूचना फ्लैश की गई थी और लगातार देहात और सिटी क्षेत्र में चेकिंग चल रही थी। इस बीच हमें यह सूचना प्राप्त हुई थी कि भगवानपुर में एक बैरियर को क्रॉस करके एक संदिग्ध बाइक से दो व्यक्ति वहां से निकले हैं। जिनका पीछा किया गया उनको रोकने की कोशिश की गई, उनके द्वारा फायर किया गया था हमारे सुरक्षा बलों के ऊपर, जिस पर पुलिस द्वारा तत्काल उसको न्यूट्रलाइज किया गया। उसमें एक व्यक्ति जो घायल था उसे तत्काल हॉस्पिटल ले जाया गया था, जहां पर उसकी मृत्यु हो गई थी। एक व्यक्ति भागने में कामयाब रहा था, जिसकी अभी हम लोग कॉम्बिंग कर रहे हैं। जो व्यक्ति हॉस्पिटल ले जाया गया था और उसे ब्रॉड डेड घोषित किया गया है, उसकी पहचान अमरजीत के नाम से हुई है, जो 1,00,000 का इनामी भी है और बाबा तरसेम डेरा साहब बाबा तरसेम जी की हत्या में शामिल मुख्य व्यक्ति भी है। कैनेडा दे विच भी एक वड्डी घटना वापरी है। अल्बर्टा सूबे दे शहर एडमिंटन दे विच एक नामी बिल्डर ते शहर दे गुरुद्वारा गुरु नानक सिख टैंपल दे प्रधान बूटा सिंह गिल नूं दिन दिहाड़े गोलियां मार के खत्म कर दिता गया। एक घटना जान गवाउण वाले बूटा सिंह गिल, जिसका पिछला पिंड लांदड़ा नेड़े फलौर है, उसके कारोबार नाल जुड़ी एक कंस्ट्रक्शन साइट ते वापरी दसी जा रही है, जो मिलवुड रिक सेंटर दे नेड़े स्थित है। ਜਾਣਕਾਰੀ ਮੁਤਾਬਕ ਹਮਲਾਵਰ, ਜਿਸਦਾ ਨਾਮ ਨਿੱਕ ਧਾਲੀਵਾਲ ਹੈ, ਉਹ ਵੀ ਕੰਸਟਰਕਸ਼ਨ ਦੇ ਕਿੱਤੇ ਨਾਲ ਬਤੌਰ ਰੂਫਰ ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ, ਜੋ ਇੱਕ ਸਿਵਲ ਇੰਜੀਨੀਅਰ ਹੈ, ਸਖ਼ਤ ਤੇ ਹੁਣ ਇਸ ਵਕਤ ਜ਼ਖਮੀ ਹਾਲਤ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਸੂਤਰ ਦੱਸਦੇ ਨੇ ਕਿ 3 ਜਣੇ ਕੰਸਟਰਕਸ਼ਨ ਸਾਈਟ ਤੇ ਮੌਜੂਦ ਸਨ, ਜਦੋਂ ਗਿੱਲ ਤੇ ਧਾਲੀਵਾਲ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਲਖ ਕਲਾਮੀ ਹੋ ਗਈ, ਜਿਸ ਤੋਂ ਬਾਅਦ ਧਾਲੀਵਾਲ ਨੇ ਆਪਣਾ ਪਿਸਤੌਲ ਕੱਢਿਆ ਤੇ ਗੋਲੀਆਂ ਭਰਾ ਦਿੱਤੀਆਂ। ਧਾਲੀਵਾਲ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇੰਜੀਨੀਅਰ ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਪਤਾ ਲੱਗਿਆ ਕਿ ਘਟਨਾ ਤੋਂ ਬਾਅਦ ਨਿੱਕ ਧਾਲੀਵਾਲ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਮੌਕੇ ਤੇ ਹੀ ਉਸਦੀ ਵੀ ਜਾਨ ਚਲੀ ਗਈ। ਸੋ ਇਹ ਵੱਡੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਹੈ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।